ਮੇਰਾ ਨਾਮ ਜੋਰਡਨ ਛੇਤਰੀ ਹੈ। ਮੈਂ ਇੰਗਲੈਂਡ ਤੋਂ ਹਾਂ। ਮਾਊਂਟ ਐਵਰੈਸਟ ਤੇ ਚੜ੍ਹਨਾ ਬਹੁਤ ਔਖਾ ਹੈ ਅਤੇ ਕੈਂਸਰ ਨਾਲ ਲੜਨਾ ਵੀ, ਪਰ ਮੈਂ ਇਹ ਦੋਵੇਂ ਜੰਗਾਂ ਜਿੱਤ ਲਈਆਂ। ਜੋਰਡਨ ਨੂੰ 13 ਸਾਲ ਦੀ ਉਮਰ ਵਿੱਚ ਨੌਨ ਹੌਚਕਿਨ ਲਾਈਫੋਮਾ ਕੈਂਸਰ ਹੋਇਆ ਸੀ। ਕੈਂਸਰ ਨੂੰ ਹਰਾਉਣ ਤੋਂ ਬਾਅਦ 30 ਸਾਲ ਦੀ ਉਮਰ ਵਿੱਚ ਉਹਨਾਂ ਨੇ ਇਸ ਵਾਰ ਮਾਊਂਟ ਐਵਰੈਸਟ ਤੇ ਚੜ੍ਹਾਈ ਕੀਤੀ। ਜਿਸ ਹਸਪਤਾਲ ਨੇ ਮੇਰੀ ਜਾਨ ਬਚਾਈ ਉਹ ਸਾਊਥਹੈਂਪਟਨ ਦਾ ਪ੍ਰਾਈਮ ਵਾਰਡ ਹੈ। ਮੈਂ ਸੋਚਿਆ ਕਿ ਮੈਨੂੰ ਉਹਨਾਂ ਲਈ ਕੁਝ ਕਰਨਾ ਚਾਹੀਦਾ ਹੈ, ਇਸ ਲਈ ਜਦੋਂ ਮੈਨੂੰ ਮਾਊਂਟ ਐਵਰੈਸਟ ਤੇ ਚੜ੍ਹਾਈ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਤੈਅ ਕੀਤਾ ਕਿ ਮੈਂ ਇਹ ਜ਼ਰੂਰ ਕਰਨਾ ਹੈ, ਕਿਉਂਕਿ ਉਹ ਸਾਰੇ ਮੇਰੀ ਜਿੱਤ ਦੇ ਹੱਕਦਾਰ ਨੇ। ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹਨਾਂ ਦੇ ਬੱਚਣ ਦੀ ਉਮੀਦ ਸਿਰਫ 20% ਹੈ। ਡਾਕਟਰਾਂ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੇਰੇ ਬਚਣ ਦੀ ਉਮੀਦ 20% ਹੈ, ਕਿਉਂਕਿ ਜੇਕਰ ਉਹ ਦੱਸ ਦਿੰਦੇ ਤਾਂ ਮੇਰੇ ਦਿਮਾਗ ਵਿੱਚ ਸਿਰਫ ਨਕਾਰਾਤਮਕ ਚੀਜ਼ਾਂ ਚੱਲਦੀਆਂ ਰਹਿਣੀਆਂ ਸਨ। ਪਰ ਇਹ ਝੂਠ ਹੋਵੇਗਾ ਜੇਕਰ ਮੈਂ ਕਹਾਂ ਕਿ ਮੈਂ ਡਰਿਆ ਨਹੀਂ ਸੀ। ਪਰ ਕਦੇ ਕਦੇ ਤੁਹਾਨੂੰ ਮਜ਼ਬੂਤ ਹੋਣ ਦਾ ਦਿਖਾਵਾ ਕਰਨਾ ਪੈਂਦਾ ਹੈ, ਤਾਂ ਮੈਂ ਤੈਅ ਕਰ ਲਿਆ ਸੀ ਕਿ ਜੇਕਰ ਕੈਂਸਰ ਨਾਲ ਮੇਰੀ ਮੌਤ ਲਿਖੀ ਹੈ ਤਾਂ ਹੋ ਜਾਵੇ, ਪਰ ਮੈਂ ਆਪਣੀ ਜ਼ਿੰਦਗੀ ਲਈ ਲੜਾਂਗਾ। ਜੋਰਡਨ ਲਈ ਮਾਊਂਟ ਐਵਰੈਸਟ ਤੇ ਚੜ੍ਹਾਈ ਕਰਨਾ ਅਤੇ ਕੈਂਸਰ ਨਾਲ ਲੜਨਾ ਦੋਵੇਂ ਹੀ ਇੱਕੋ ਜਿਹੇ ਸਨ। ਮਾਨਸਿਕ ਰੂਪ ਵਿੱਚ ਦੋਵੇਂ ਹੀ ਤਜਰਬੇ ਮੁਸ਼ਕਲ ਹਨ, ਪਰ ਸਰੀਰ ਤੇ ਕੈਂਸਰ ਭਾਰੀ ਪੈਂਦਾ ਹੈ ਕਿਉਂਕਿ ਇਹ ਸਰੀਰ ਤੇ ਕਬਜ਼ਾ ਕਰ ਲੈਂਦਾ ਹੈ। ਐਵਰੈਸਟ ਤੇ ਚੜ੍ਹਾਈ ਕਰਦੇ ਸਮੇਂ ਮੇਰੇ ਦਿਮਾਗ ਦਾ ਇੱਕ ਹਿੱਸਾ ਵਾਰ ਵਾਰ ਕਹਿੰਦਾ ਸੀ ਕਿ ਹਾਰ ਮੰਨ ਲਵੋ, ਇੱਕ ਹਿੱਸਾ ਇਹ ਵੀ ਕਹਿੰਦਾ ਸੀ ਕਿ ਇਹਨਾਂ ਤੇ ਧਿਆਨ ਨਾ ਦੇਵੋ, ਅੱਗੇ ਵਧੋ ਅਤੇ ਦਰਦ ਸਹਾਰ ਕੇ ਮੁਸ਼ਕਲਾਂ ਨਾਲ ਲੜ ਕੇ ਚਾਹੇ ਕਿੰਨੀ ਵੀ ਮੁਸ਼ਕਲ ਕਿਉਂ ਨਾ ਹੋਵੇ ਚੱਲਦੇ ਰਹੋ। ਜੋਰਡਨ ਦਾ ਕਹਿਣਾ ਹੈ ਕਿ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਜਿੰਨੀ ਵੱਧ ਰਹੀ ਹੈ ਉਸ ਹਿਸਾਬ ਨਾਲ ਜਾਗਰੂਕਤਾ ਅਭਿਆਨ ਨਹੀਂ ਵੱਧ ਰਹੇ। ਸਾਰੇ ਇਹ ਨਹੀਂ ਸਮਝ ਸਕਦੇ ਕਿ ਤੁਹਾਨੂੰ ਜਦੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਕੈਂਸਰ ਹੈ ਤਾਂ ਤੁਹਾਡੀ ਦੁਨੀਆ ਖਿਲਰ ਜਾਂਦੀ ਏ, ਪਰ ਤੁਹਾਨੂੰ ਹਮੇਸ਼ਾ ਇਹ ਸੋਚਣਾ ਚਾਹੀਦਾ ਹੈ ਕਿ ਇਸ ਨੂੰ ਹਰਾਇਆ ਜਾ ਸਕਦਾ ਏ, ਕਿਉਂਕਿ ਮੈਂ ਇਸ ਦਾ ਸਬੂਤ ਹਾਂ। ਜੋਰਡਨ ਨੇ ਹੁਣ ਤੱਕ ਮਾਊਂਟ ਐਵਰੈਸਟ ਦੇ ਨਾਲ ਨਾਲ 31 ਹੋਰ ਪਹਾੜਾਂ ਦੀ ਚੜ੍ਹਾਈ ਕਰ ਲਈ ਹੈ।